मलेरकोटला प्रशासन ने वार्ड नंबर 29 दियां उड़ाइयां धज्जियां। मलेरकोटला प्रशासन ने वार्ड नंबर 29 विच मोहम्मद आरिफ नूं कोरोना पॉजिटिव आउण ते पूरा महला सील कर दिता। मोहम्मद आरिफ नूं 14 दिनों बाद रिपोर्ट नैगेटिव आउण ते बाद उस नूं अपने घर वापस भेज दिता। प्रशासन ने मोहल्ले नूं इस तरह सील किया कि एक साइड तकरीबन 200 फुट सील है अते दूसरी साइड ते बिल्कुल नाल बाहरों आए मजदूरों द्वारा घर उसारी का काम किया जा रहा है। आओ हुण सुनदे हाँ मोहल्लेदारां दी जवानी। मेरा नाम रुखसाना परवीन है, असीं वार्ड नंबर 29 दे विचों बोल रहे हां। 15 अप्रैल तों लै के साडा मोहल्ला लगातार कोरोना दी वजह नाल सील कीता होया ते 15 अप्रैल तों पहलां इह 13 मई तक दा सील कीता गया सी, जदों कि 3 मई नूं पेशेंट ठीक हो के घरे वी आ गया। उस तों बाद इह 13 तक सील कीता गया सी। हुण 13 मई तों लै के इहनूं फिर एक्सटेंड कर दित्ता गया 27 मई तक, जबकि कोई एवं दी प्रॉब्लम नहीं गी कोरोना दी। ਤੁਸੀਂ ਇਹ ਦੇਖ ਲਓ ਵੀ ਕਿਸੇ ਕੋਈ ਰਾਹਤ ਪੈਕੇਜ ਨਹੀਂ ਮਿਲਿਆ ਹੈਗਾ, ਕੋਈ ਪੁੱਛਣ ਨਹੀਂ ਆਇਆ ਹੈਗਾ, ਕੋਈ ਰਾਸ਼ਨ ਨਹੀਂ ਮਿਲਿਆ। ਰਾਹਤ ਪੈਕੇਜ ਦੇ ਵਿੱਚ ਸਾਰੀ ਗਲੀ ਨੂੰ ਸਿਰਫ ਇੱਕ ਇੱਕ 5 ਕਿਲੋ ਆਟੇ ਦੀ ਥੈਲੀ, 1 ਕਿਲੋ ਚੀਨੀ, 1 ਕਿਲੋ ਤੇਲ ਹੀ ਮਿਲਿਆ। ਤੁਸੀਂ ਦੱਸੋ ਵੀ 5 ਕਿਲੋ ਆਟੇ ਨਾਲ ਤੁਸੀਂ ਕਿੰਨੇ ਦਿਨ ਕੱਢ ਸਕਦੇ ਹੋ? ਪੂਰੇ 35 ਦਿਨ ਹੋ ਗਏ ਨੇ ਮੁਹੱਲੇ ਨੂੰ ਸੀਲ ਕੀਤੇ ਹੋਏ ਤੇ ਇੰਨਾ ਕੁ ਜ਼ਿਆਦਾ ਮਤਲਬ ਟੋਰਚਰ ਇਸ ਕਰਕੇ ਹੋ ਰਹੇ ਨੇ ਲੋਕ। ਸਾਡਾ ਪਸ਼ੂਆਂ ਦਾ ਕੰਮ ਹੈ, ਕੋਈ ਵੈਟਨਰੀ ਡਾਕਟਰ ਨਹੀਂ ਆਇਆ, ਡੰਗਰ ਖਰਾਬ ਹੋ ਰਹੇ ਨੇ ਬਿਲਕੁਲ, ਮੀਟਰ ਖਰਾਬ ਹੋ ਗਿਆ, ਕੋਈ ਬਿਜਲੀ ਠੀਕ ਕਰਨ ਵਾਸਤੇ ਆਨ ਨਹੀਂ ਕੀਤਾ ਜਾ ਰਿਹਾ। ਹਰੇਕ ਚੀਜ਼ ਵਾਸਤੇ SDM ਦੀ ਪਰਮਿਸ਼ਨ ਜ਼ਰੂਰੀ ਹੈ। ਤੁਸੀਂ ਦੱਸੋ SDM ਦੀ ਪਰਮਿਸ਼ਨ ਲੈਣ ਕੌਣ ਕੌਣ ਜਾਵੇ? ਤੇ ਕੋਈ ਵੀ ਤੋੜੀ ਡੰਗਰਾਂ ਦਾ ਖਾਣਾ ਵੀ ਨਹੀਂ ਲੰਘਣ ਦਿੱਤਾ ਜਾ ਰਿਹਾ, ਮਤਲਬ ਹਰ ਗੱਲ ਵਾਸਤੇ ਟੋਰਚਰ ਕੀਤਾ ਜਾ ਰਿਹਾ। ਤੇ ਨਾਲ ਦੇ ਜਿਹੜੇ ਘਰ ਦੇ ਵਿੱਚ ਪੇਸ਼ੈਂਟ ਹੈ ਉਹਦੇ ਇੱਕ ਸਾਈਡ ਤੋਂ ਸਾਰਾ ਸੀਲ ਕੀਤਾ ਹੋਇਆ। ਇਹ ਕਿਹੋ ਜਿਹੀ ਇੰਵਾਇਰਮੈਂਟ ਹੈ, ਮਤਲਬ ਵੀ ਇੱਕ ਘਰ ਜਿਹੜਾ ਨਾਲ ਹੈ ਤੇ ਇੱਕ ਘਰ ਜਿਹੜਾ ਸਾਹਮਣੇ ਆ ਉਹ ਖੁੱਲੇ ਨੇ, ਇਹ ਕਿਹੋ ਜਿਹੀ ਮਯਰਮੈਂਟ ਹੈ? ਤੇ ਇੱਕ ਗਲੀ ਨੂੰ ਸਾਰੇ ਪਾਸੇ ਸੀਲ ਕੀਤਾ ਗਿਆ, ਮਤਲਬ ਇਹ ਸਾਡੇ ਨਾਲ ਕਿਉਂ ਧੱਕਾ ਹੋ ਰਿਹਾ, ਇਹ ਕੀ? ਇੱਕ ਗਲੀ ਨੂੰ ਤਕਰੀਬਨ 20 ਘਰਾਂ ਤੱਕ ਸੀਲ ਕੀਤਾ ਗਿਆ ਤੇ ਇੱਕ ਨੂੰ 2 ਘਰਾਂ ਤੱਕ ਵੀ ਨਹੀਂ ਸੀਲ ਕੀਤਾ ਗਿਆ। ਹਾਂਜੀ ਹਾਂਜੀ, ਇਹ ਜਿਹੜਾ ਨਾਲ ਕੰਧ ਸਾਂਝੀ ਅਜਾ ਮਰੂ ਕੈਮਰਾ ਦੇ ਕੰਧ ਸਾਂਝੀ ਉਂਗਲੀ ਦਾ ਵੀ ਮਰੀਜ਼ ਦਾ ਘਰ ਆ, ਮਰੀਜ਼ ਦਾ ਕਰਕੇ ਚਾਹੀ ਆਈ ਨਾਲ ਉਹ ਕੋਈ ਦਿੱਕਤ ਦੀ ਬਾਤ ਨਾਲ ਕਰ ਸਕਦੀ ਹੈ ਬੋਲੋ। ਹਾਂ ਆ ਪੇਸ਼ੈਂਟ ਦਾ ਘਰ ਹੈ ਤੇ ਆ ਨਾਲ ਕਰ ਸਕਦੀ ਹੈ। ਇਹ ਕੰਮ ਕਿੱਥੇ ਚੱਲ ਰਿਹਾ ਹੈ? ਕੰਮ ਆਪਾਂ ਦੇਖ ਚੱਲ ਰਿਹਾ, ਇੱਥੇ ਮਿਸਤਰੀ ਲੱਗੇ ਹੋਏ ਹੁੰਦੇ ਨੇ, ਮੁੰਡੀ ਲੱਗੇ ਹੋਏ ਹੁੰਦੇ ਨੇ, ਆ ਰੇਤਾ ਬਜਰੀ ਪਿਆ ਵਿੱਚ। ਆ ਦੇਖੋ ਆ ਘਰ ਦੇ ਵਿੱਚ ਕੰਮ ਵੀ ਚੱਲ ਰਿਹਾ, ਮਤਲਬ ਇਹਨਾਂ ਨੂੰ ਜੇ ਖੁੱਲ੍ਹਿਆ ਤਾਂ ਸਾਰੀ ਗਲੀ ਨਾਲ ਕੀ ਕਿਉਂ ਇਹ ਪ੍ਰੋਬਲਮ ਦਿੱਤੀ ਜਾ ਰਹੀ ਹੈ? ਮਤਲਬ ਜਦੋਂ ਕਿ ਮਰੀਜ਼ ਦਾ ਜਿਹੜਾ ਉਹ ਬਿਲਕੁਲ ਠੀਕ ਹੋ ਕੇ ਘਰੇ ਵੀ ਆ ਚੁੱਕਿਆ ਹੈ ਤੇ 30 ਤਰੀਕ ਤੋਂ ਬਿਲਕੁਲ ਉਹ ਨੈਗੇਟਿਵ ਹੈ ਤਾਂ ਹੀ ਘਰੇ ਆ ਗਿਆ। ਤੇ ਦੂਜੀ ਗੱਲ, ਉਹ ਇੱਕ ਘਰ ਦੇ ਵਿੱਚ 17-18 ਜਾਣੇ ਰਹਿੰਦੇ ਨੇ, ਉਹਨਾਂ ਨੂੰ ਇੱਕ ਘਰ ਦੇ ਵਿੱਚ ਰਹਿੰਦੇ ਹੋਏ ਨਹੀਂ ਹੁੰਦਾ ਹੈਗਾ ਤਾਂ ਸਾਰੀ ਗਲੀ ਨੂੰ ਕਿਵੇਂ ਹੋ ਜੂਗਾ? ਇੱਕ ਰੂਮ ਦੇ ਵਿੱਚ 7-8 ਜਾਣੇ ਰਹਿੰਦੇ ਨੇ ਉਹ। ਜੇ ਇੰਨੀ ਜ਼ਿਆਦਾ ਸਰਕਾਰ ਨੂੰ ਮਤਲਬ ਇੰਨੀ ਜ਼ਿਆਦਾ ਟੈਨਸ਼ਨ ਹੁੰਦੀ ਹੈ ਤਾਂ ਉਹਨਾਂ ਨੂੰ ਇੱਕ ਰੂਮ ਦੇ ਵਿੱਚ 7-8 ਜਾਣੇ ਕਿਵੇਂ ਰਹਿ ਸਕਦੇ ਨੇ? ਚਲੋ ਇਹ ਤਾਂ ਠੀਕ ਹੈ, ਤੁਹਾਡੇ ਫਾਇਦੇ ਦੀ ਗੱਲ ਸੀਗੀ ਬੰਦ ਕਰਨ, ਲੇਕਿਨ ਪ੍ਰਸ਼ਾਸਨ ਨੂੰ ਚਾਹੀਦਾ ਜੀ ਕਿ ਤੁਹਾਡਾ ਪ੍ਰਬੰਧ ਕਰਦੀ ਖਾਣ ਪੀਣ ਦਾ ਪੂਰਾ। ਹਾਂਜੀ ਬਿਲਕੁਲ ਕਰਨਾ ਚਾਹੀਦਾ ਤੇ ਲੋਕਾਂ ਦਾ ਵੀ ਕਰਨਾ ਚਾਹੀਦਾ ਤੇ ਡੰਗਰਾਂ ਦਾ ਵੀ ਕਰਨਾ ਚਾਹੀਦਾ ਤੇ ਬਾਕੀ ਜਿਹੜਾ ਤੁਹਾਨੂੰ ਰਾਸ਼ਨ ਦਿੱਤਾ ਹੈ 1-2 ਦਿਨ ਜਾਂ ਕਿੰਨੇ ਦਿਨ ਚੱਲ ਗਿਆ ਹੋਊਗਾ ਵੱਧ ਤੋਂ ਵੱਧ? ਹਾਂਜੀ ਤੁਸੀਂ ਦੇਖ ਲਓ 5 ਕਿਲੋ ਆਟਾ, 1 ਕਿਲੋ ਚੀਨੀ ਤੇ 1 ਕਿਲੋ ਤੇਲ ਹੀ ਮਿਲਿਆ ਹਜੇ ਤੱਕ। ਕਿਲੋ ਪਿਆਜ਼, ਕਿਲੋ ਆਲੂ, 1-5 ਮੈਂਬਰਾਂ ਦਾ ਟੱਬਰ ਆ ਜਿਹੜਾ ਉਹ ਕਿੰਨੇ ਕੁ ਦਿਨ ਖਾ ਸਕਦਾ? 1 ਕਿਲੋ ਪਿਆਜ਼, 1 ਕਿਲੋ ਆਲੂ। ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ? ਸਾਨੂੰ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਵੀ ਪਹਿਲੀ ਗੱਲ ਤਾਂ ਇਹਨੂੰ ਜਲਦੀ ਤੋਂ ਜਲਦੀ ਖੋਲ ਦਿੱਤਾ ਜਾਵੇ ਤੇ ਜਿਹੜਾ ਲੋਕਾਂ ਦਾ ਇੰਨੇ ਦਿਨਾਂ ਦੇ ਵਿੱਚ ਨੁਕਸਾਨ ਹੋਇਆ ਉਹਦੀ ਵੀ ਭਰਪਾਈ ਕੀਤੀ ਜਾਵੇ। ਠੀਕ ਵੀਰ ਜੀ, ਤੁਹਾਡਾ ਨਾਮ ਕੀ ਹੈ ਜੀ? ਮੇਰਾ ਨਾਮ ਇਜਾਜ਼ ਅਹਿਮਦ ਹੈ। ਕਿਹੜੇ ਨੰਬਰ ਵਾਰਡ ਚ ਬੋਲਦੇ ਜੀ? ਮੈਂ 29 ਨੰਬਰ ਵਾਰਡ ਚ ਬੋਲਦਾ ਜੀ, ਗਲੀ ਨੰਬਰ 6। ਆਪਣੇ ਆਹ ਮੁਹੱਲੇ ਦੇ ਵਿੱਚ ਮੁੰਡਾ, ਆਹ ਮੁਹੱਲੇ ਦੇ ਵੀ ਮੁੰਡੇ ਨੂੰ ਲੈ ਕੇ ਗਏ ਸੀ, ਕਹਿੰਦੇ ਉਹਨੂੰ ਕਰੋਨਾ ਜੀ, ਉਹ ਨੈਗੇਟਿਵ ਆ ਗਿਆ ਜੀ। ਠੀਕ ਹੈ ਜੀ, ਜਦ ਉਹਨੂੰ ਲੈ ਕੇ ਗਏ ਪੂਰਾ ਮੁਹੱਲਾ ਸੀਲ ਕੀਤਾ ਸੀ। ਠੀਕ ਹੈ ਜੀ, ਜਦ ਉਹਨੂੰ ਛੱਡ ਕੇ ਗਏ ਪੂਰਾ ਮੁਹੱਲਾ ਛੱਡ ਕੇ ਪੂਰੀ ਬਿਲੀ ਸੀਲ ਕਰਤੀ। ਜਦ ਦੇਖਿਆ ਜਾਵੇ ਜਦ ਉਹਨਾਂ ਨੇ ਪੂਰਾ ਮੁਹੱਲਾ ਸੀਲ ਕੀਤਾ 28 ਦਿਨ ਵਾਸਤੇ, ਦੁਬਾਰਾ ਮੁੰਡਾ ਨੂੰ ਰੱਖਣਾ ਸੀ, ਪ੍ਰਸ਼ਾਸਨ ਦਾ ਇਹ ਫਰਜ਼ ਬਣਦਾ ਕਿ ਪੂਰੇ ਮੁਹੱਲੇ ਨੂੰ 28 ਦਿਨ ਸੀਲ ਰੱਖਣਾ ਸੀ, ਪੂਰੀ ਬਿਹੀ ਦੇ ਉੱਪਰ
पूरी बिनी दे ऊपर इन्होंने कुछ किया उसे पॉलिटिक्स खेडी जा रही है ठीक है ये चीजा नहीं देखिया इंडिया बंदे भी मन को मिटाव नहीं रखे इंदा और किसी मुश्किल के नाल बंदा हल करने वास्ते किसी कोई ना कोई साधन करके अगर जाता भी है तो आस पास कुछ शिकायतें की जाती है सरकारी मुलाजमान के अगे मास्टरों के अगे कि थोड़े बंदे उ निकल के जा रहे हैं और मुहल्लिया तू बाहर जब जाने तो सू करोना करोना कह के किया जाता है मैं पूछना चाहना प्रशासन तू कि साड़ी कली बीही तंग करके बंद करके तुम की साबित करना चाहते हो कि साढ़े घरे साले कले घर के बीच करोना घुसया हो और बंदा बिल्कुल ठीक होने के बावजूद भी तुम उड़े पूरा मोहल्ला छड़ के बीही सील की जगह तुम जगह सही तरीके चल रहे हो अठाई दिन कर दो या तो पूरा मोहल्ला सील करो या साड़ी बीही खोलो यह कानूनी हक भी है साडा बोलन का हक है इन कोई रोक नहीं सकता उड़े जब किसी ने इतराज है मेरे सामने हूं ही गल कर दोगे मैं हूं ही जवाब दूंगा इस कोई चीज की वो नहीं हैगी मैं किसी का दुश्मन नहीं है सारे मोहल्ले का हमदर्द हाँ लेकिन यह साढ़े महल में भी सोचना चाहिए कि पूरी बीही सील की है ठीक है साढ़े घर कम से कम भी परिवार ने बीही परिवार का जगह एक एक परिवार के भी अगर पांच मैंबर लाइए तो 150 मैंबर बनता है ठीक है हर मैंबर अपना खाना भी खाता है 200 मैंबर बनता अपना खाना भी खाता है ठीक है जी उन्होंने खाने वास्ते राशन चाहिए काम करने वास्ते पैसे चाहिए पैसा कितों आऊगा तो फिर समान कितों खरीद के खाएंगे और प्रशासन जी अगर बंद की है तो बीही अपने कुछ देना भी चाहिए 5 किलो आटे के नाल किलो चीनी के नाल 50 रुपए के हल्दी मिर्च के नाल छोल किलो छोले नाल किलो घी के नाल किसी का किन्नी देर चल जूगा 48-42 दिन बंदे घर के अंदर 48 दिन बैठना कोई ज्यादा बड़ा गल नहीं हैगी वैसे तो उसी काम की करते सी मैं सिलाई का काम करना ही मैं अपनी गल करना मैं हल्ले नहीं छड़दा ठीक है मेरा सिलाई का काम है आज मैंने पूरा 1 महीने तो उपर हो गया जिदा लॉकडाउन होया हो उस तो बाद जदिए बीही है मैं घर के अंदर वेला बैठा ही ठीक है घर के अंदर काम नहीं है मेरा परिवार है मेरी अबू मेरी माई है घरे बुजुर्ग ने दो घर के बीच बैठते हैं आप और राशन पानी वास्ते भी इधर उधर मदद होंगी है जी बल्कि असी किसी को मदद लेने के मोहताज नहीं है खुद कम करके खाना पसंद करते हैं लेकिन फिर भी यह जो औखे टाइम सू इधर उधर जाना पै रहा है जगर पूरे मोहल्ले साड़ी बीही खोली होंगी तो अज मोहल्ले वाले भी जाते और मेरे बारे जाके काम का इंतजाम करता और खाते सरकार ने पंजाब सरकार ने कैप्टन सरकार ने ऐलान किया कि 7 to 6 बजे तक दुकाना खुलिया रहनिया चाहिए ने असी पूरे 24 घंटे ताड़े रहने साडा की कसूर है उन्होंने जब कोई चलिया भी जाता अपनी मुश्किल वास्ते एमरजेंसी लोड़ पैंदी है बाहर मास्टर बैठे ने वह बाहर जान नहीं देंगे जगह चले जाइए तो पूछते हैं किन्ना टाइम लाओगे फिर तो बाद 10 मिनट लाइयो 15 मिनट लाइयो बंदे अद्धे घंटे घंटे का काम हो किसी समान लेके आना हो 5-10 मिनट लेट हो जाए ठीक है हूँ बंदा उड़े सारा कुछ दस के जाऊगा कोई ना कोई अनहोनी हो सकती है फिर बंदा की करे मैं तो सरकार अगे यही दरख्वास्त करूंगा कि साड़ी बीही खोली जाए और उड़े जड़े भी मेरे बुजुर्ग माँ बाप के बराबर जिन्हें भी लोग बंदे ने मेरे भाइय ने मेरिया भैन ने उन्होंने कोई साधन मिलो सुकून का सहा लीए अभी सारे मेरा नाम अब्बास अली है मैं मोहल्ला भूंसी चौंक छोटे खाले से रहने वाला वार्ड नंबर 29 वार्ड नंबर 29 रहने वाला साड़ी गली के नाल पुलिस स्टेशन खेती जा रही है सारे जिन्हें भी सारे साढ़े मोहल्ले के पिछले रहने सू कि बाहर नहीं आते आते रहे ना कि जान दे रहे ना कोई समान फरा वो तो भी पूछ रहे हैं अभी ये लफाफे की है छोटे लफाफे वो सारा कुछ चेक हो रहा है राशन तो पहुंचाया जाता ना राशन सा बंदे पहुंच जाए बहुत मुश्किल अंदर जाके उतो जाके लैके आने बहुत मुश्किल का सामना करना पैदा साढ़े प्रशासन बहुत दुखी है जे हम इधर साढ़े मोहल्ले किसी का टैक्स नहीं हो 47 बंद ने बहरों मोहल्ले चो टैक्स हुए हैं वो साढ़े मोहल्ले कोई बंदा नहीं था टैक्स करवा वो सारे आजाद फिर ने ऐसे बने हुए ये प्रशासन कितने है जी वो मैं दसो सन मैं छोटा सारा मोहल्ला वार्ड नंबर 29 तो बोल रहा हाँ साढ़े मोहल्ले एक पॉजिटिव कोरोना का पॉजिटिव केस आ गया जो कि 30 अप्रैल नैगेटिव होकर आ गया मगर साड़ी गली बिल्कुल सील कर दिता गया सानू 15 दिन
20 तरीक नु 5 किलो आटा 1 किलो तेल 1 किलो दाल 1 किलो चुरनी 50 किलो 50 रुपए दी हल्दी मिर्च भेजी गई थी और इतना राशन कितने दिन चलूगा प्लान दिन है मैं वार्ड नंबर 29 विच रहने वाला साडे मोहल्ले दे विच मोहम्मद आरिफ पॉजिटिव केस आ गया सीगा ते उदे मोहल्ले विच इन्हां ने खासा एरिया बंद कर दिया उस तो बाद उनू घर ले गए 14 दिन बाद उन्होंने साडा घर साडी गली गली बंद कर दी उदे गली पूरी सील की है कि अद्धी सील की है नहीं उदे विचो दो घर छड़ दिते गए ओ उदी वजह कोई पता है नहीं सानू पता साडे हिसाब नाल पॉलिटिक्स है सारी है साडी गली खुली जावे या इस तरीके जो बंद है उस हिसाब नाल कीता जावे सारा सील कीता जावे सारा सील कीता जावे ये बहुत ज्यादा दुखी ने इन्हां नूं दुखी कीता जा रहा है टॉर्चर कीता जा रहा है इन्हां नूं बाहर नहीं निकलन दिंदे हैगे किसी काम नूं भी ना कोई डॉक्टर अंदर आ रहा है ना कोई मरीज नूं बाहर जान दिंदे ने बाकी जिहड़ा सिस्टम है इन्हां दा कोई कानून वाला काम नहीं हैगा कोई मोदी या कोई कैप्टन कोई नहीं हैगा उरे ना कोई आया इत्थे ना किसी नूं कोई राशन मिलिया कोई किसी तरह की कोई दिक्कत बहुत ज्यादा दिक्कतों के बीच आए पे हैं इस टाइम मरने वाला कोरोना नालों वधदा यह फील नाल मरने वाला काम होया पे है आज थोड़ा नाम की है जी नाम है चंद्रपाल सिंह तुसी उरे किन्नी देर तो ड्यूटी कर रहे हो जी किन्ने दिनों तो कर रहे हो जी सर उधरों मरीज जिथो मरीज है वो तो पूरी सील 15 घर सील कर दिता गया इधरों एक घर सील किया गया तो दो तीन घर खाली छड़ते इहदा राज की है जी इस बारे फिर तुसी खुलवाया या आप खोले ने इन्हां ने या इहदा कारण दसो इस बारे सानू नहीं पता साडी ड्यूटी बाहरले महल्ले ते लगी सी रात नू ड्यूटी अफसर इक इत्थे होर सी नहीं थोड़े हुंदे काम तां चलदा होऊगा जी ਜਿਵੇਂ ਸਾਨੂੰ ਛੱਡ ਕੇ ਦੇ ਕੇ ਉਦੋਂ ਨਹੀਂ ਜਿਹੜੇ ਘਰ ਖੁੱਲੇ ਨੇ ਤੇ ਰਾਜ ਮਿਸਤਰੀ ਲੱਗੇ ਦੱਸ ਰਹੇ ਨੇ ਮਹੱਲੇ ਦਾ ਤੁਸੀਂ ਦੇਖਿਆ ਲੱਗੇ ਜੀ ਅਸੀਂ ਇੱਥੇ ਜਿੱਥੇ ਨਾਪਾ ਹੁਣ ਲੱਗਾ ਇੱਥੇ ਲੱਗਿਆ ਸੀ ਐਵੇਂ ਆ ਕੇ ਉਹਨਾਂ ਸਾਨੂੰ ਦੱਸਿਆ ਵੀ ਇੱਥੇ ਬੰਦ ਹੈ ਚਲ ਬਾਹਰ ਨੀ ਬੰਦਾ ਆਉਣ ਦਾ ਠੀਕ ਹੈ ਜੀ ਤੇ ਇਹ ਜਿਹੜੇ ਰਾਜ ਮਿਸਤਰੀ ਨੇ ਕਿਹੜਾ ਇਹਨਾਂ ਦੇ ਘਰ ਦੇ ਨੇ ਇਹ ਵੀ ਤਾਂ ਬਾਹਰੋਂ ਹੀ ਆਉਂਦੇ ਨੇ ਕੋਈ ਹੋਰ ਮਹੱਲੇ ਚੋਂ ਆਉਂਦੇ ਨੇ ਇਹਨਾਂ ਦਾ ਘਰ ਜਿੱਥੇ ਨਾਪਾ ਲਾਇਆ ਉਹਦੇ ਬਾਹਰਲੇ ਪਾਸੇ ਆ ਨਾਪੇ ਤੋਂ ਪਰੇ ਪਰੇ ਨਹੀਂ ਆਉਣ ਦਿੰਦੇ ਬਾਹਰਲੇ ਪਾਸੇ ਦੋ ਗੇਟ ਹੈ ਅੰਦਰ ਆਉਂਦੇ ਚੱਲ ਜਾਂਦੇ ਤੇ ਇਹ ਇਹਨਾਂ ਦਾ ਇੱਕ ਗੇਟ ਤਾਂ ਵਿੱਚ ਵੀ ਹੈ ਨਾ ਗਲੀ ਗਲੀ ਚ ਬਾਹਰ ਫਰਨੇ ਪਾਸੇ ਸਾਈਡ ਤੇ ਨਾਪਾ ਲਾਇਆ ਜੀ ਤੁਸੀਂ ਕਦੇ ਪ੍ਰਸ਼ਾਸਨ ਨਾਲ ਗੱਲ ਕੀਤੀ ਨਹੀਂ ਕਿ ਇਹ ਨਜ਼ਦੀਕੀ ਪੈਂਦੇ ਨੇ ਘਰ ਇਹਨਾਂ ਨੂੰ ਵੀ ਸੀਲ ਕੀਤਾ ਜਾਵੇ ਸਤਿ ਸ਼੍ਰੀ ਅਕਾਲ